अस्सलाम वालेकुम नाज़रीन। ऐ ने मां मावां दी असी दाल बनानी है, असी तेल पहले ला लिया, तेल ला लिए ते जदों दाल नूं धोईए ना पकाण लग्गिआं ते छिलके सारे ही उतर जांदे ने, इहनूं असी दलण तों पहले तेल ला लिया। हुण असी चक्की ते दाल के ते इहदी दाल बनानी है। जिहड़ी ताज़ा दाल हुंदी है उहदा ज़्यादा मज़ा आउंदा है, मिल ते दाल वी जांदी है बाज़ार तों लेकिन उह कदे कदे दीआं तली दीआं हुंदीआं ने ते उहदा मज़ा कोई नहीं हुंदा, इहदा ज़्यादा मज़ा हुंदा, ज़्यादा टेस्ट हुंदा। छोटिया छोटिया चक्कियां ने थोड़े थोड़े काम जेड़े ने ओह कर लैने घर माजली दलिया बना लैने अपने वास्ते खाने बना लैने हूँ असी दाल दल लगे थोड़ी जी खराब होगी जो टुट गई टाइम नहीं लगता फिर टाइम लगता फिर हम सही करा गे थोड़े मां पाएंगे तो दाल पीसी पानी है तो साफ नहीं है।
ਪਾ ਕੇ ਘਰ ਲੈਣਾ ਵਿੱਚ ਮਸਾਲੇ ਪਾ ਲੈ ਇਹਨੂੰ ਕੱਢਣ ਲੱਗੇ ਹਾਂ ਵਿੱਚੋਂ ਦਾਲ ਹੁਣ ਨਾ ਇਹਨੂੰ ਸਾਫ ਕਰਨਾ ਥੱਲਿਓਂ ਜਿਹੜੀ ਮਾਂ ਨੇ ਇਹਨੂੰ ਕੱਢ ਲੈਣੇ ਨੇ ਦਾਲ ਤੇਰੀ ਬਣੀ ਹੋਈ ਹੈ ਨਾ ਐਵੇਂ ਬਣ ਗਈ ਹੈ ਹੁਣ ਅਸੀਂ ਇਹਨੂੰ ਸਾਫ ਕਰਕੇ ਕੱਪੜੇ ਨਾਲ ਬਣਾ ਕੇ ਕੱਢ ਲੈਣੇ ਨੇ ਦਾਲ ਦਾਲ ਬਾਜ਼ਾਰ 'ਚ ਵੀ ਮਿਲ ਜਾਂਦੀ ਹੈ ਇਹ ਜਿਹੜੀ ਤਾਜ਼ੀ ਦਾਲ ਹੁੰਦੀ ਹੈ ਨਾ ਇਹਦਾ ਕੋਈ ਆਪਣਾ ਹੀ ਮਜ਼ਾ ਹੁੰਦਾ ਅਤੇ ਥੋੜ੍ਹੀ ਜਿਹੀ ਦਲੀਦਾ ਅਤੇ ਫਿਰ ਥੋੜ੍ਹੇ ਦਿਨ ਬਾਅਦ ਫਿਰ ਦਲ ਲਈਦਾ ਅਸੀਂ ਸਾਰੀ ਇਕੱਠੀ ਵੀ ਨਹੀਂ ਦਲਦੇ ਬਾਜ਼ਾਰ ਦੀ ਦਾਲ ਪਤਾ ਨਹੀਂ ਕਦੋਂ ਕਦੋਂ ਦੀ ਬਣੀ ਰਹਿੰਦੀ ਹੈ ਹੁਣ ਜਦੋਂ ਅਸੀਂ ਤਾਜ਼ੀ ਦਾਲ ਪਕਾਵਾਂਗੇ ਨਾ ਫਿਰ ਕੁਛ ਆਪਣਾ ਹੀ ਮਜ਼ਾ ਹੋਏਗਾ ਇਹ ਕੱਪੜੇ ਦੇ ਨਾਲ ਅਸੀਂ ਕੱਢ ਲੈਣੀ ਹੈ ਵਿੱਚੋਂ ਸਾਫ ਬਣਾ ਕੇ ਕਰ ਲੈਣੀ ਇਹ ਪਿੰਡਾਂ ਦੇ ਵਿੱਚ ਛੋਟੀਆਂ ਛੋਟੀਆਂ ਚੱਕੀਆਂ ਲੋਕਾਂ ਨੇ ਆਪਣੇ ਘਰਾਂ 'ਚ ਰੱਖੀ ਸੀ ਦਾਲ ਅਸੀਂ ਦਾਲ ਲਈ ਹੈ ਅਤੇ ਹੁਣ ਅਸੀਂ ਇਹਨੂੰ ਛੱਟਣ ਲੱਗੇ ਚਾਵਲ ਲਿਆ ਚਾਵਲ ਸਾਫ਼ ਕਰੀਏ ਇਹ ਬਣ ਗਈ ਹੈ ਦਾਲ ਦਾਲ ਹੋ ਗਈ ਹੈ ਹੁਣ ਤਿਆਰ ਹੁਣ ਅਸੀਂ ਇਹਨੂੰ ਧੋ ਕੇ ਵਿੱਚ ਚਨਿਆਂ ਦੀ ਦਾਲ ਪਾ ਕੇ ਅਤੇ ਪਕਾ ਸਕਦੇ ਹਾਂ